ਇਹ ਤਾਂ ਪਰਮਾਤਮਾ ਦਾ ਇੱਛਾ, ਇਹ ਤਾਂ ਆਪਾਂ ਵੀ ਟਰੈਵਲ ਰੋਜ਼ ਕਰਦੇ ਹਾਂ, ਪਤਾ ਨਹੀਂ ਕਿੱਥੇ ਕੀ ਹੋ ਜਾਣਾ, ਐਕਸੀਡੈਂਟ ਹੋ ਜਾਣਾ। ਨਹੀਂ ਬਸ ਅੱਜ ਉਸ ਲਈ ਅੰਦਰ ਕੁਛ ਨਾ ਕੁਛ ਤਾਂ ਨਹੀਂ, ਜੋ ਜੋ ਪ੍ਰਕੋਸ਼ਨ ਜਿਹਨੇ ਉਹ ਤਾਂ ਅਸੀਂ ਵਰਤਦੇ ਰਹੇ ਹਾਂ, ਅੱਗੇ ਵਾਸਤੇ ਵਰਤਾਂਗੇ ਵੀ, ਇਹਦੇ ਕੋਈ ਦੋਰ ਹੈ ਨਹੀਂ। ਪਰ ਕੁਦਰਤ ਦੇ ਮੂਹਰੇ ਮੈਂ ਸਿਰਫ ਕੁਦਰਤ ਦੇ ਮੂਹਰੇ ਕੋਈ ਨਹੀਂ ਖੜ ਸਕਦਾ, ਇਹ ਤਾਂ ਆਪਾਂ ਘਰਾਂ ਦੇ ਐਕਸੀਡੈਂਟ ਨਹੀਂ ਹੁੰਦੇ।